इस गड्डी दियां तस्वीरां देख के हालात पता लगाए जा सकते ने कि किन्ना भयानक हादसा इत्थे होया। इत्थे एक गड्डी नहीं सगो दो गड्डियां तो बाद एक एक्टिवा दे विच जाके गड्डी टकरा जांदी है ते उस तो बाद पता लगता है कि मौके ते ही एक व्यक्ति ने जिथे दम तोड़िया उत्थे ही दो जाने गंभीर रूप दे नाल जख्मी ने जिन्हां नूं हस्पताल विखे भर्ती करवाया गया। बेहद ही दुख भरी खबर सामने आई है जदों पता लग्या कि शराब दे नाल रज्जे हुए व्यक्ति गड्डी चला रहे सन। पटियाले दे वल्लों आ रही इस गड्डी दा नाभे दे कोल आके एक भयानक हादसा हुंदा है जिस दे विच पूरा परिवार ही उजड़ जांदा है। मौके ते पहुंचे उन्हां मां बाप दे बच्चियां दे वल्लों ही दस्या गया। पुत ने दस्या कि किंज उन्हां दे मापे गड्डी दे विच सवार सन अते गलत पास्यों आ रही तेज़ गड्डी दे वल्लों उस दे मापियां नूं दरड़िया गया जो कि इस समय जिंदगी दे लई हस्पताल विखे जूझ रहे ने। दूसरे पासे एक होर व्यक्ति जो कि मोटरसाइकिल ते सवार सी उसकी भी जान गई है। इस सारी घटना वापरन तो बाद उसके रिश्तेदार दोस्त मौके ते पहुंचे जिन्हां दे वल्लों दस्या गया कि गुरमीत सिंह उस व्यक्ति का नाम सी जिसकी जान गई है अते यह इन्ना वड्डा घट है जो कि परिवार कदे भी सहन नहीं कर पाएगा। दुखद घटना होने तो बाद मौके ते पहुंचे चश्मदीदां दे वल्लों की कुछ दस्या गया है, आओ जानते हैं। ਉੱਥੇ ਖੇਤਾਂ ਦੇ ਵਿੱਚ ਅਤੇ ਜਿਹੜੇ ਦੋ ਬੰਦੇ ਹੋਰ ਨੇ ਆ ਸਵਿਫਟ ਵਾਲੇ ਜਿੱਥੇ ਤੱਕ ਮੈਨੂੰ ਪਤਾ ਲੱਗੀ ਹੈ ਗੱਲ ਵੀ ਪਟਿਆਲੇ ਤੋਂ ਆ ਰਹੇ ਸੀਗੇ ਇਹ ਅਤੇ ਬਹੁਤ ਰੱਜੇ ਹੋਏ ਨੇ, ਬਹੁਤ ਪਿੱਟੀ ਹੋਈ ਉਹਨਾਂ ਨੇ ਬਹੁਤ ਜ਼ਿਆਦਾ ਅਤੇ ਉਹਨਾਂ ਨੇ ਗੱਡੀ ਲਿਆ ਕੇ ਪਹਿਲਾਂ ਇੱਧਰ ਵਿੱਚ ਮਾਰੀ ਜੋ ਮੈਂ ਸੁਣਿਆ ਜੀ ਸਾਡੀ ਗੱਡੀ ਦੇ ਵਿੱਚ ਮਾਰੀ ਹੈ, ਮੇਰੇ ਮੰਮੀ ਪਾਪਾ ਸੀ ਵਿੱਚ ਫਿਰ ਉੱਧਰ ਉੱਪਰ ਉਹ ਐਕਟਿਵਾ 'ਤੇ ਸੀਗੇ ਜਾਂ ਟੂ ਵੀਲਰ 'ਤੇ ਸੀਗੇ ਉਹਨਾਂ ਦੇ ਉੱਪਰ ਚੜ੍ਹਾਈ ਹੈ ਗੱਡੀ ਉਹ ਖੜੀ ਹੈ ਜੀ ਸਾਹਮਣੇ ਸਵਿਫਟ ਗੱਡੀ ਖੜੀ ਹੈ ਉਹਦੇ ਉੱਪਰ ਚੜ੍ਹਾਏ ਸਾਰੇ ਮੋਟਰਸਾਈਕਲ ਵਿੱਚ ਦੱਬੇ ਨੇ ਉਹ ਬੰਦੇ ਅਤੇ ਮੇਰੇ ਮੰਮੀ ਪਾਪਾ ਦੋਨੋਂ ਜੀ ਹੋਸਪਿਟਲਾਈਜ਼ ਨੇ ਫੱਟੜ ਹੋ ਹਾਂਜੀ ਉਹ ਫੱਟੜ ਹੋ ਗਏ ਅਤੇ ਉਹਨਾਂ ਦੇ ਲੱਗੀ ਹੈ ਜੀ ਚੈਸਟ 'ਤੇ ਲੱਗੀ ਹੈ, ਮੰਮੀ ਦੇ ਸਿਰ 'ਤੇ ਲੱਗੀ ਹੈ ਜੀ ਉਹਨਾਂ ਨੂੰ ਹੋਸਪਿਟਲ ਭੇਜਿਆ ਜੀ। ਉਹਦੇ ਮੈਰਿਜ 'ਤੇ ਆਏ ਸੀ ਮੰਮੀ ਪਾਪਾ ਮੈਰਿਜ 'ਤੇ ਆਏ ਜੀ, ਮੈਂ ਘਰੇ ਸੀ ਮੈਨੂੰ ਫੋਨ ਆਇਆ ਤਾਂ ਮੈਂ ਆਇਆ ਸੀਗਾ। ਅਸੀਂ ਅੰਦਰੋਂ ਨਿਕਲੇ ਪ੍ਰਧਾਨ ਸਾਹਿਬ ਸੀਗੇ ਮੇਰੇ ਨਾਲ ਸਰ ਰਣਜੋਤ ਸਿੰਘ ਜੀ ਮਹੇਸ਼ ਜੀ, ਅਸੀਂ ਆ ਕੇ ਦੇਖਿਆ ਵੀ ਬਹੁਤ ਵੱਡਾ ਇਕੱਠ ਹੋਇਆ ਵਾ ਸੀ। ਇਹਨਾਂ ਨੇ ਸ਼ਰਾਬ ਪੀਤੀ ਹੋਈ ਸੀ, ਉਹ ਬੰਦਿਆਂ ਨੂੰ ਮੈਂ ਚੈੱਕ ਕੀਤਾ, ਉਹ ਬੰਦਿਆਂ ਨੇ ਸਵਿਫਟ ਕੱਢੀ ਸੀ ਪਟਿਆਲੇ ਤੋਂ ਆ ਰਹੀ ਸੀ, ਇਹਨਾਂ ਨੇ ਲਿਆ ਕੇ ਇਹਦੇ ਵਿੱਚ ਮਾਰੀ ਔਰ ਸਿੱਧੀ ਦੇਖੇ ਹੀ ਨਹੀਂ ਹੈ ਜਾ ਕੇ ਉਹ ਬੰਦੇ ਨੇ ਚੜ੍ਹਾਤੀ, ਉਹ ਵੀ ਮੇਰੇ ਮੁਹੱਲੇ ਦਾ ਪਰਲੇ ਪਾਸੇ ਰਹਿੰਦਾ, ਉਹਦੀ ਮੌਕੇ 'ਤੇ ਚੰਗਾ। ਔਰ ਸ਼ਰਾਬ ਜਿਹੜੀ ਹੈ ਵੈਸੇ ਤਾਂ ਉਹ ਇੰਨੇ ਹੈਗੇ ਨੇ ਵਿੱਚ ਬੋਤਲਾਂ ਵੀ ਪਈਆਂ ਨੇ ਗੱਡੀ ਦੇ, ਔਰ ਇਹ ਆ ਵੀ ਐਡੀ ਵੱਡੀ ਟ੍ਰੈਸਡੀ ਹੈ। ਇਹ ਬਚ ਕੇ ਮੇਰੇ ਮੁਹੱਲੇ ਨਿਲ ਹੈ, ਉਹਨਾਂ ਦਾ ਬੇਟਾ ਦੱਸ ਰਿਹਾ ਸੀ, ਯਾਨੀ ਕਿ ਇੱਕ ਗੱਲ ਹੈ ਪਰਮਾਤਮਾ ਨੇ ਬਹੁਤ ਇਹਨਾਂ ਨੂੰ ਤਾਂ ਬਚਾਇਆ ਪਰ ਉਹ ਸਾਡਾ ਸਾਥੀ ਚਲਿਆ ਗਿਆ, ਬਹੁਤ ਵੱਡੀ ਟ੍ਰੈਸਡੀ ਹੋਈ ਆ। ਔਰ ਇਹ ਦੇਖ ਕੇ ਮਜ਼ਰ ਦੇਖ ਕੇ ਲੱਗਦਾ ਬਈ ਜਿਹੜੀਆਂ ਸਾਡੀਆਂ ਰੋਡਾਂ ਨੇ ਇਹ ਮੌਤ ਦਾ ਖੂਹ ਬਣ ਚੁੱਕੀਆਂ ਨੇ, ਔਰ ਗੱਡੀ ਵਾਲੇ ਦੇਖਦੇ ਨਹੀਂ ਚਲਾਉਣ ਲੱਗੇ। ਔਰ ਅੱਜ ਤਾਂ ਸ਼ੁਕਰ ਕਰੋ ਵੀ ਵਿਆਹ ਦੇ ਵਿੱਚ ਬਾਹਰ ਬੰਦੇ ਸੀਗੇ, ਇੱਕ ਦੋ ਹੀ ਖੜ੍ਹੇ ਸੀ, ਜੇ ਕੋਈ ਹੋਰ ਹੁੰਦੇ ਇਹਦੇ ਵਿੱਚ ਬਚਣ ਵਾਲੀ ਕੋਈ ਗੱਲ ਨਹੀਂ। ਪਹਿਲਾਂ ਤੋਂ ਗੱਡੀ ਆ ਰਹੀ ਸੀ ਸਵਿਫਟ ਕਾਰ ਅਤੇ ਉਸਦੇ ਵਿੱਚ i20 ਗੱਡੀ ਸੀਗੀ, ਉਹਦੇ ਆਪਸ ਦੇ ਵਿੱਚ ਟਕਰਾ ਹੋਣ ਕਰਕੇ ਅਨਬੈਲੈਂਸ ਹੋ ਗਈ ਗੱਡੀ ਨਾ, ਪੈਲਸ ਕੋਲ ਸੜਕ ਉਹਦੇ ਵਿੱਚ ਚਲੀ ਗਈ। ਉਹਦੇ ਵਿੱਚ ਇੱਕ ਐਕਟਿਵ ਵਾਲਾ ਕੋਈ ਨਾਮ ਕਿਹੜੇ ਐਕਟਿਵ ਸਰ ਉਹਦਾ ਨਾਮ ਹੈ ਗੁਰਮੀਤ ਸਿੰਘ ਹੈ, ਕੋਈ ਵਾਰਸ ਆਇਆ ਜੀ ਹੁਣ ਪਰ ਉਹ ਦੇਖ ਰਹੇ ਹਾਂ ਪਤਾ ਕਰ ਰਹੇ ਹਾਂ ਜਿਹੜੇ ਵਾਰਸ ਹੈ। ਕੀ ਕਾਰਨ ਆ ਜਿਹੜੇ ਐਕਸੀਡੈਂਟ ਦਾ, ਕੀ ਕਾਰਨ ਦੇਖ ਰਹੇ ਹਾਂ ਹੁਣ ਸਾਰਾ ਪਤਾ ਕਰ ਰਹੇ ਹਾਂ, ਹਜੇ ਫਿਲਹਾਲ ਤਾਂ ਇਹਨਾਂ ਨੂੰ ਐਡਮਿਟ ਕਰਾਇਆ ਜਿਹੜੇ ਬੰਦੇ ਸੱਟਾਂ ਸੁੱਟਾਂ ਲੱਗੀਆਂ। ਇਹ ਸਾਰਾ ਭਿਆਨਕ ਹਾਦਸਾ ਇੱਕ ਪੈਲਸ ਦੇ ਨੇੜੇ ਵਾਪਰਿਆ, ਪਤਾ ਲੱਗਿਆ ਕਿ ਪੈਲਸ ਦੇ ਕੋਲ ਕੁਝ ਬਰਾਤੀ ਵੀ ਬਾਹਰ ਹੀ ਖੜ੍ਹੇ ਸਨ ਜਿੱਥੇ ਉਹਨਾਂ ਦੇ ਅੰਦਰ ਵੀ ਡਰ ਦਾ ਮਾਹੌਲ ਬਣ ਗਿਆ। ਉੱਥੇ ਇੰਜ ਵੀ ਹੋ ਸਕਦਾ ਸੀ ਕਿ ਉਹ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ। ਫਿਲਹਾਲ ਦੇਖਣਾ ਹੋਵੇਗਾ ਪੁਲਿਸ ਦੇ ਵੱਲੋਂ ਇਸ ਮਾਮਲੇ 'ਤੇ ਕੀ ਕਾਰਵਾਈ ਹੁੰਦੀ ਹੈ।